ਕੀ ਕਾਲੀ ਪੈ ਗਈ ਤੈਨੂੰ ਮੈਨੂੰ ਦੱਸੇ ਜਾਣ ਦੇ ਹੈ ਹੋਰ ਰਹਿ ਹੁਣ ਤਿੰਨ ਦਿਨ ਤਾਂ ਹੋਏ ਆ ਤੈਨੂੰ ਆਈ ਨੂੰ ਅਜੇ ਮੰਮੀ ਤੁਹਾਨੂੰ ਪਤਾ ਹੀ ਆ ਮੇਰੀ ਸੱਸ ਤਾਂ ਢਿੱਲੀ ਆ ਉਹਨੂੰ ਮੈਂ ਹੀ ਦੇਖਣਾ ਹੋਰ ਕਿਹਨੇ ਦੇਖਣਾ ਆ ਤੂੰ ਕੱਲੀ ਨੇ ਠੇਕਾ ਲਿਆ ਹੋਇਆ ਸੱਸ ਨੂੰ ਸਾਂਭਣ ਦਾ ਹੋਰ ਹੈ ਨਹੀਂ ਕੋਈ ਸਾਂਭਣ ਵਾਲਾ ਇੱਕ ਉਹ ਚੱਕ ਕੇ ਫੋਨ ਕਰ ਦਿੰਦਾ ਮਗਰ ਹੀ ਕੋਈ ਨਾ ਇਹਨੂੰ ਪਰਾਉਣੇ ਤਾਂ ਮੈਂ ਦਊਂ ਪਤਾ ਇਹ ਰੱਬ ਦਾ ਵਾਸਤਾ ਮੰਮੀ ਇਹਨਾਂ ਨੂੰ ਨਾ ਕੁਛ ਵੀ ਕਿਹੋ ਐਵੇਂ ਮੇਰੇ ਨਾਲ ਕੋਈ ਨਵਾਂ ਸਿਆਪਾ ਪਾ ਦੋਗੇ ਤੁਹਾਡੇ ਨੌ ਪੁੱਤੀ ਨੇ ਜਿਹੜੇ ਤੁਹਾਡੀਆਂ ਮੂੰਹ ਆਈਆਂ ਸੁਣ ਲੈਂਦੇ ਨੇ ਅੱਜ ਕੱਲ ਨਹੀਂ ਕੋਈ ਬਰਦਾਸ਼ਤ ਕਰਦਾ ਬਰਦਾਸ਼ਤ ਨਹੀਂ ਕਰਦਾ ਧੰਨ ਕਰ ਧੰਨ ਕਰ ਨਹੀਂ ਡਰਦੀ ਕਿਸੇ ਤੋਂ ਆ ਭਰਾ ਭਰਜਾਈ ਦੇਖ ਲਾ ਤੇਰੇ ਕਿਵੇਂ ਤੱਕਲੇ ਕੁਛ ਸਿੱਧੇ ਕੀਤੇ ਪਏ ਆ ਆ ਜਿੱਦਣ ਆਈ ਆ ਏਡੇ ਏਡੇ ਪਰ ਲੱਗੇ ਹੋਏ ਸੀ ਤੇਰੀ ਭਰਜਾਈ ਨੂੰ ਸਾਰੇ ਲਾ ਦੇ ਉਹ ਤਾਂ ਮੇਰੀ ਭਰਜਾਈ ਵੀ ਚੰਗੀ ਆ ਮੰਮੀ ਜਿਹੜੀਆਂ ਤੇਰੀਆਂ ਸਮੂਹ ਆਈਆਂ ਸੁਣੀ ਜਾਂਦੀ ਆ ਜਿੱਦਣ ਉਹ ਵਿਚੜ ਗਈ ਨਾ ਆ ਤੇਰੇ ਵੀ ਪਰਪੁਰ ਉਹਨੇ ਕੁੱਤਰ ਦੇਣੇ ਨੇ ਉਦਣ ਸਮੁੰਦਰ ਸੁੱਕ ਜੂ ਸੂਰਜ ਪੁੱਠੇ ਪਾਸੇ ਨਿਕਲੂ ਜਿੱਦਣ ਕੋਈ ਧੰਨ ਕਰਦੇ ਪਰ ਕੁੱਤਰਨ ਵਾਲਾ ਆ ਗਿਆ ਮੰਮੀ ਬਹੁਤੀ ਮੈਂ ਨਾ ਕਰਿਆ ਕਰ ਆ ਬਹੁਤੀ ਮੈਂ ਵੀ ਬੰਦੇ ਨੂੰ ਲੈ ਡੁੱਬਦੀ ਆ ਇਹੋ ਜਿਹਾ ਕੁਛ ਕਰਦੀ ਕਰਦੀ ਨਾ ਆਪਦੇ ਫੱਟੇ ਨਾਲ ਚਕਾ ਲਈ ਕਿਸੇ ਦਿਨ ਨਾਲ ਸਾਡੇ ਵੀ ਚਕਾਏਗੀ ਮੈਨੂੰ ਇੱਥੇ ਆਉਣ ਜੋਗੀ ਛੱਡ ਦੇ ਦੇਖ ਲੱਛਣ ਕੀ ਕਰਦੀ ਆ ਤੈਨੂੰ ਕੌਣ ਰੋਕ ਲੂ ਇੱਥੇ ਆਉਣ ਤੋਂ ਬਸ ਮੰਮੀ ਹੁਣ ਮੈਨੂੰ ਜਾਣ ਦੇ ਮੈਂ ਜਾ ਕੇ ਆਪਦਾ ਘਰ ਵੀ ਦੇਖਾਂ ਤੂੰ ਰੁਕਦੀ ਨਹੀਂ ਜਾਣੀ ਨਹੀਂ ਮੰਮੀ ਮੈਂ ਆਪਦਾ ਘਰ ਵੀ ਦੇਖਣਾ ਇਹ ਕੀ ਮੰਮੀ 20000 ਰੁਪਏ ਲੈ ਹੁਣ ਕਰ ਤੂੰ ਫੜ ਲਾ ਚੁੱਪ ਕਰਕੇ ਹੁਣ ਤਾਂ ਹੁਣ ਉਹ ਜੇ ਉਹਨਾਂ ਨੇ ਦੇਖ ਲਿਆ ਫਿਰ ਰੌਲਾ ਪਾਉਣਗੇ ਫੜ ਲਿਆ ਕਰ ਜਿਹੜੀ ਚੀਜ਼ ਮੈਂ ਦਿੰਨੀ ਹੁੰਨੀ ਆ ਹੁਣ ਕਿਹੜਾ ਕੋਈ ਦੀਵਾਲੀ ਉਹ ਦੀਵਾਲੀ ਤੇ ਸਾਰੇ ਰੋਜ਼ ਹੀ ਹੁੰਦੇ ਆ ਧੀਆਂ ਨੂੰ ਦੇਣ ਨੂੰ ਤਾਂ ਤੂੰ ਚੁੱਪ ਕਰਕੇ ਲੁਕੋ ਲਾ ਹੁਣ ਇਹਨੂੰ ਆ ਲੈ ਲੈ ਸੁੱਟੀ ਲੈ ਲੈ ਆ ਮੰਮੀ ਨਾ ਪੈਸੇ ਕਿਸੇ ਕਿਸੇ ਨੂੰ ਦਿੰਦੀ ਆ ਆ ਮੈਂ ਕੱਲ ਮੰਮੀ ਕੋਲੋਂ 500 ਰੁਪਈਆ ਮੰਗਿਆ ਸੀ ਤੇ ਮੈਨੂੰ 500 ਦੇ ਬਦਲੇ 1000 ਗੱਲਾਂ ਸੁਣਾਈਆਂ ਮੰਮੀ ਨੇ ਨਹੀਂ ਜਾ ਪਰੇ ਉਹ ਤਾਂ ਉਹਦੇ ਹੀ ਪੈਸੇ ਆ ਮੈਂ ਥੋੜੀ ਦਿੱਤੇ ਆ ਉਹਨੂੰ ਨਾ ਮੰਮੀ ਮੈਂ ਕਿਹੜਾ ਮਨਾ ਕਰਦੀ ਆ ਵੀ ਤੁਸੀਂ ਆਪਦੀ ਧੀ ਨੂੰ ਨਾ ਦਿਓ ਜੇ ਦੇਤਾ ਤਾਂ ਫਿਰ ਮੁੱਕਰਦੇ ਕਾਤੇ ਆ ਵੀ ਤੁਸੀਂ ਦਿੱਤੇ ਆ ਮੈਂ ਨਹੀਂ ਮੁੱਕਰਦੀ ਓਏ ਜੀ ਇਹ ਆ ਜਿਹੜੀ ਲਗੋ ਕੇ ਨਹੀਂ ਰੱਖਦੀ ਤੈਨੂੰ ਮੈਂ ਕਦੋਂ ਦੀ ਕਹਿਨੀ ਆ ਵੀ ਲਕੋਲਾ ਉਹਦੇ ਤਾਂ ਕੰਨ ਵੀ ਅੱਖਾਂ ਦਾ ਕੰਮ ਕਰਦੇ ਨੇ ਚਾਰੇ ਪਾਸੇ ਘੁੰਮਦੀ ਆ ਧਿਆਨ ਰੱਖਦੀ ਆ ਉਹ ਆ ਦੇਖ ਲੈ ਗੁੱਡੀ ਆ ਹੁਣ ਤੇਰੇ ਸਾਹਮਣੇ ਹੀ ਆ ਨੌ ਨੂੰ ਦੇਣ ਵਾਸਤੇ ਇਹਨਾਂ ਕੋਲੇ ਨਿੱਕਾ ਪੈਸਾ ਨਹੀਂ ਹੈਗਾ ਆ ਤੈਨੂੰ ਦੇ ਵੀ ਦਿੱਤੇ ਨੇ ਤਾਂ ਵੀ ਮੁਕਰੀ ਜਾਂਦੇ ਨੇ ਅਸੀਂ ਕਿਹੜਾ ਮੰਮੀ ਰੋਕਦੇ ਆ ਵੀ ਕੁੜੀ ਨੂੰ ਕਿਉਂ ਦੇਤਾ ਸਗੋਂ ਕੁੜੀਆਂ ਨੂੰ ਦੇਣਾ ਤਾਂ ਦੁੱਗਣਾ ਹੀ ਹੁੰਦਾ ਪਰ ਕਦੇ ਕਦੇ ਆਪਦੇ ਨੌ ਪੁੱਤ ਬਾਰੇ ਵੀ ਤਾਂ ਸੋਚ ਲਿਆ ਕਰੋ ਤੁਸੀਂ ਰੋਕ ਸਕਦੇ ਵੀ ਨਹੀਂ ਮੇਰੀ ਗੱਲ ਸੁਣ ਲਾ ਜਿੰਨਾ ਚਿਰ ਮੈਂ ਬੈਠੀ ਆ ਮੈਂ ਆਪਦਾ ਦਊਂਗੀ ਜੋ ਮੇਰਾ ਜੀ ਕਰੂਗਾ ਆ ਸਾਰੀ ਜਾਇਦਾਦ ਤੁਹਾਡੀ ਆ ਧੀ ਨੇ ਹੱਥ ਦਾ ਦਿੱਤਾ ਲਿਜਾਣਾ ਖੋ ਕੇ ਨਹੀਂ ਲਿਜਾਂਦੀ ਕਿਸੇ ਤੋਂ ਠੀਕ ਆ ਨਾ ਤੇਰਾ ਕੋਈ ਮਤਲਬ ਨਹੀਂ ਚਾਹੇ ਮੈਂ 5 ਦਵਾਂ ਚਾਹੇ ਮੈਂ 50 ਦਵਾਂ ਚਾਹੇ ਮੈਂ 5000 ਦਵਾਂ ਜੀ ਸਦਕੇ ਤੁਸੀਂ ਗੁੱਡੀ ਨੂੰ ਦਿਓ ਜਿੰਨਾ ਸਾਡੇ ਕੋਲੇ ਸਰੂਗਾ ਅਸੀਂ ਵੀ ਗੁੱਡੀ ਨੂੰ ਦੇਵਾਂਗੇ ਨਾਲੇ ਆਹ ਕਿਹੜੀ ਜ਼ਮੀਨ ਜਾਇਦਾਦ ਦੀ ਗੱਲ ਕਰਦੇ ਆ ਤੁਸੀਂ ਤੁਸੀਂ ਤਾਂ ਮਿੰਟਾਂ ਸਕਿੰਟਾਂ ਚ ਕਹਿ ਦਿੰਦੇ ਆ ਮੈਂ ਚੱਕ ਕੇ ਤੁਹਾਨੂੰ ਬਾਹਰ ਮਾਰੂ ਮੈਂ ਬੇਦਖਲ ਕਰ ਦੂੰ ਆ ਗੁੱਡੀ ਤੇਰੇ ਮੂਹਰੇ ਹੀ ਇਦਾਂ ਬੋਲਣ ਲੱਗੇ ਹੋਏ ਨੇ ਇਹ ਮੈਂ ਪਹਿਲਾਂ ਵੀ ਕਹਿੰਨੀ ਆ ਵੀ ਮੈਂ ਤਾਂ ਸਮਾਨ ਚੱਕ ਕੇ ਬਾਹਰ ਮਾਰੂ ਕੱਖ ਨਹੀਂ ਦੇਣਾ ਇੱਥੋਂ ਮੈਂ ਹੁਣ ਵੀ ਕਹਿੰਨੀ ਆ ਮੈਂ ਗਾਹਾਂ ਨੂੰ ਵੀ ਕਹੂੰਗੀ ਤੂੰ ਆਪਦੀ ਜਵਾਨ ਨੂੰ ਲਗਾਮ ਨਾ ਦੇਈ ਤੂੰ ਮੈਨੂੰ ਕਹਿ ਵੀ ਆਏ ਕਹਿੰਦੀ ਆ ਮੰਮੀ ਹਾਏ ਰੱਬਾ ਤੁਹਾਡੇ ਨਾਲ ਕਿਹੜਾ ਮੱਥਾ ਮਾਰੇ ਤੁਹਾਨੂੰ ਇੱਕ ਗੱਲ ਕਹੀਏ ਤੁਸੀਂ ਅੱਗੇ 20 ਸੁਣਾਤੀਆਂ ਮੈਨੂੰ ਤੂੰ ਇੱਕ ਦੀਆਂ 20 ਸੁਣਨ ਵਾਲੇ ਆਪਦੀ ਪੀੜੀ ਥੱਲੇ ਸੋਟਾ ਮਾਰ ਵੀ ਕਿੰਨਾ ਬੋਲਦੀ ਆ ਤੂੰ ਕਿੰਨੀ ਜਵਾਨ ਚੱਲਦੀ ਆ ਤੇਰੀ ਤੁਹਾਡੇ ਨਾਲ ਕਿਹੜਾ ਮੱਥਾ ਆ ਦੇ ਲਾ ਜੇ ਤੂੰ ਫੜ ਲੈਂਦੀ ਪੈਸੇ ਚੁੱਪ ਕਰਕੇ ਲੁਕੋ ਲੈਂਦੀ ਤਾਂ ਆ ਕਾਹਨੂੰ ਕਰਾਉਂਦੀ ਬੇਬੇ ਧੰਨ ਆ ਤੂੰ ਆ ਇਹ ਜੀ ਤਪੱਤੀ ਨੋ ਨਾ ਤੂੰ ਕਿੱਦਾਂ ਕੱਟੀਆਂ ਤੈਨੂੰ ਨੋ ਚੱਜ ਦੀ ਨਹੀਂ ਮਿਲੀ ਮੈਨੂੰ ਸੱਸ ਚੱਜ ਦੀ ਨਹੀਂ ਮਿਲੀ ਮੈਂ ਹੀ ਜਾਣਦੀਆਂ ਜਿਹੜੀਆਂ ਇਹਦੇ ਨਾਲ ਮੈਂ ਕੱਟੀਆਂ ਨੇ ਬੇਬੇ ਕਾਹਦੀ ਸੱਸ ਆ ਤੂੰ ਤੇਰੇ ਕੋਲੋਂ ਆਹ ਸੱਸਾਂ ਵਾਲਾ ਰੋਹਬ ਜਿਹਾ ਨਹੀਂ ਮਾਰ ਹੋਇਆ ਆ ਦੋਕ ਲਾ ਕੇ ਭੰਬੀਰੀ ਚ ਘੁਮਾ ਦਿੰਦੀ ਇਹਦੀ ਜੇ ਮੈਂ ਕੁਝ ਮੈਂ ਕਹਿੰਦੀ ਸੀ ਟਿੰਡ ਬੋੜੀ ਜਾ ਕੇ ਬੇਕੇ ਜਾ ਵੜਦੀ ਸੀ ਮਹੀਨਾ ਮਹੀਨਾ ਨਹੀਂ ਸੀ ਮੁੜਦੀ ਨਾ ਜੇ ਗੁੱਸੇ ਹੋ ਕੇ ਚਲੀ ਜਾਂਦੀ ਸੀ ਫਿਰ ਇਹਨੂੰ ਲਿਆਉਣ ਦੀ ਕੀ ਲੋੜ ਸੀਗੀ ਨਾ ਲਿਆਉਂਦੇ ਉੱਥੇ ਹੀ ਰਹਿ ਲੈਂਦੀ ਨਾ ਫਿਰ ਆਹ ਮੇਰੇ ਗਲ ਫਾਹਾ ਪੈਂਦਾ ਹੋ ਕੀ ਗੱਲ ਆ ਤੂੰ ਆ ਵੱਡੀ ਬੇਬੇ ਦੇ ਕੰਨ ਕੋਲੇ ਘੁਰ ਘੁਰ ਕਰਕੇ ਕਦੀ ਮੈਂ ਕੱਟਣ ਲੱਗੀ ਆ ਨਾ ਤੁਸੀਂ ਆਪਦੀ ਮਾਂ ਨੂੰ ਸਮਝਾ ਨਹੀਂ ਸਕਦੇ ਹੈਗੇ ਆਪਾਂ ਨਾਲੇ ਕਰੀ ਜਾਂਦੇ ਆ ਨਾਲੇ ਛਿੱਤਰ ਖਾਈ ਜਾਂਦੇ ਆ ਫੀਲ ਤਾਂ ਮੈਨੂੰ ਵੀ ਬਹੁਤ ਹੁੰਦਾ ਜਦੋਂ ਪੈਰ ਪੈਂਦੀ ਆ ਨਾ ਟੁੱਟ ਕੇ ਪੈ ਜਾਂਦੀ ਆ ਪੂਰਾ ਆਏ ਗਏ ਦਾ ਵੀ ਲਿਆਜ ਨਹੀਂ ਕਰਦੀ ਹੈਗੀ ਬੇਇੱਜ਼ਤੀ ਐ ਰੱਜ ਕੇ ਟਕਾ ਕੇ ਕਰਦੀ ਆ ਉਹ ਚਾਹੇ ਕੋਈ ਬੈਠਾ ਹੋਵੇ ਪਰ ਹੁਣ ਆਪਾਂ ਕਰ ਵੀ ਕੀ ਸਕਦੇ ਆ ਕਿਉਂ ਨਹੀਂ ਕਰ ਸਕਦੇ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਐਦਾਂ ਤਾਂ ਰਹਿਣਾ ਬਹੁਤ ਔਖਾ ਇਹਦੇ ਨਾਲ ਤੂੰ ਨਾ ਆਪਦਾ ਮਨ ਸ਼ਾਂਤ ਕਰਕੇ ਰੱਖ ਜੇ ਆਪਾਂ ਕਿਤੇ ਚਲੇ ਗਏ ਜਾਂ ਕੁਛ ਕਹਿਤਾ ਆਪਣੇ ਤਾਂ ਕਿਸੇ ਨੇ ਯਕੀਨ ਨਹੀਂ ਕਰਨਾ ਆ ਬਜ਼ੁਰਗ ਤਾਂ ਰੋ ਕੇ ਮਿੰਟ 'ਚ ਸੱਚੇ ਹੋ ਜਾਣਗੇ ਸਾਰਾ ਦੇ ਸਾਰਾ ਕਸੂਰ ਆਪਣੇ 'ਚ ਨਿਕਲ ਆਣਾ
नौ पोती चजते नहीं कि कुड़ी बाहर कढ़ता जे आप छड़ के चले गए सेवा नहीं ना तो कर हुंदी फिर की कहांगे आप किनू किनू जवाब देवांगे आ वधिया हथियार हुंदा बजुर्गां तो भी जदों ना कोई उहनां दा बस चले तां हा रो के दिखा दो हुण होर दस्स दे हुण होर की हल करिए इस तों इलावा दस्स तू हुण पर कोई ना कोई हल तां आपां नूं करना ही पैणा ना ओ मेरे नहीं दिमाग च आ रहा तू दस्स दे मैनूं तां आप नहीं समझ पैंदी हैगी सारा दिमाग तां तुहाडी मम्मी खा गई मेरा ओ मैं भी हुण इहदे विच की कर सकदा हां पर इक हल हैगा आपां इह ड्यूटी लाउने आ भानो भूआ दी ਉਹਦੀ ਗੱਲ ਕਿੱਥੋਂ ਬੇਬੇ ਮੋੜ ਲੂੰ ਜੇ ਫਿਰ ਮਨਾ ਗੱਲ ਬਣੀ ਫਿਰ ਆਪਾਂ ਆਪਦਾ ਸਮਾਨ ਚੱਕਾਂਗੇ ਕਿਰਾਏ ਤੇ ਚਲੇ ਜਾਵਾਂਗੇ ਸਾਹਮਣੇ ਫਿਰ ਆਪਦੇ ਮਕਾਨ ਨੂੰ ਆਪੇ ਭਾਬੀ ਤੂੰ ਨਾ ਸਿਆਣੀ ਬਣ ਸਿਆਣੀ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਆ ਜਿਹੜੇ ਤੇਰੇ ਨੂੰਹ ਪੁੱਤ ਨੇ ਨਾ ਇੰਨੇ ਚੰਗੇ ਨੇ ਤੇ ਤੂੰ ਸੇਵਾ ਨਹੀਂ ਕਰਾਈ ਜਾਂਦੀ ਜੇ ਤੇਰਾ ਘਰ ਛੱਡ ਕੇ ਚਲੇ ਗਏ ਦੋਹੇ ਜਾਣੇ ਗੁੱਸੇ ਨਾਲ ਮੇਰੀ ਗੱਲ ਸੁਣ ਲੈ ਹੁਣ ਮੂੰਹ ਨਾ ਮੋੜ ਉੱਧਰ ਨੂੰ ਜੇ ਦੋਹੇ ਜਾਣੇ ਘਰ ਛੱਡ ਕੇ ਚਲੇ ਗਏ ਤਾਂ ਤੂੰ ਕੀ ਕਰੇਂਗੀ ਦੱਸ ਮੈਨੂੰ ਹੁਣ ਕਾ ਆ ਗਈ ਕੱਲ ਦੀ ਭੂਤ ਨਹੀਂ ਸਿਵਿਆਂ ਚ ਅੱਧ ਹੁਣ ਭਾਨੋ ਧਨ ਕਰ ਨੂੰ ਮੱਤਾਂ ਦਊ ਭਾਨੋ ਦਾ ਕਿਹਾ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਤੂੰ ਦੇਖੀ ਇੱਕ ਦਿਨ ਮੇਰੀਆਂ ਗੱਲਾਂ ਨੂੰ ਯਾਦ ਕਰਕੇ ਪਛਤਾਏਗੀ ਤੂੰ ਪਛਤਾਊਗੀ ਮੇਰੀ ਆ ਜੁੱਤੀ ਮੈਂ ਆਪਦੀ ਨੂੰਹ ਨੂੰ ਜਿੱਦਣ ਦੀ ਵਿਆਹੀ ਆ ਉਦਣ ਦਾ ਜੁੱਤੀ ਥੱਲੇ ਹੀ ਰੱਖਿਆ ਹੋਇਆ ਤੇਰੇ ਤੋਂ ਨਾ ਤਾਂ ਰੋਟੀ ਚੱਜ ਨਾਲ ਖਾ ਹੁੰਦੀ ਹੈ ਨਾ ਸੇਵਾ ਕਰਾ ਹੁੰਦੀ ਹੈ ਹੁਣ ਤੂੰ ਲੋਕਾਂ ਦੇ ਘਰਾਂ ਚ ਹੀ ਦੇਖ ਲੈ ਕੀ ਕੁਛ ਹੁੰਦਾ ਮੈਂ ਲੋਕਾਂ ਦੇ ਘਰਾਂ ਤੋਂ ਕੀ ਲੈਣਾ ਮੈਨੂੰ ਤਾਂ ਇੰਨਾ ਪਤਾ ਵੀ ਮੈਂ ਆਪਦੇ ਨੂੰਹ ਪੁੱਤ ਨੂੰ ਨਹੀਂ ਕੁਛ ਕਣ ਦਿੰਦੀ ਆਪਦੇ ਮੂਰ ਮੇਰਾ ਤਾਂ ਤੈਨੂੰ ਸਮਝਾਉਣ ਦਾ ਫਰਜ਼ ਬਣਦਾ ਸੀ ਜੇ ਤੂੰ ਨਹੀਂ ਸਮਝਣਾ ਨਾ ਸਮਝ ਭਾਨੋ ਨੇ ਕੀ ਲੈਣਾ ਤੇਰੇ ਤੋਂ ਮੈਨੂੰ ਲੱਗਦਾ ਤੈਨੂੰ ਛਿੱਤਰ ਖਾਦੇ ਬਿਨਾਂ ਅਕਲ ਨਹੀਂ ਆਉਣੀ ਪਹਿਲਾਂ ਤਾਂ ਮੈਨੂੰ ਇਉਂ ਦੱਸ ਵੀ ਤੈਨੂੰ ਬੁਲਾਇਆ ਸੀ ਤੂੰ ਕੀ ਕਰਨ ਆਈ ਆ ਸਾਡੇ ਘਰ ਮੈਂ ਤਾਂ ਤੇਰੇ ਮੁੰਡੇ ਨੂੰ ਕਰਕੇ ਹੀ ਆ ਗਈ ਤੇਰੇ ਸੁਭਾਅ ਨੂੰ ਤਾਂ ਕੋਈ ਆ ਕੇ ਨਾ ਬੜੇ ਇੱਥੇ ਤੇਰੀ ਦੇਲੀ ਨਾ ਚੜੇ रस्सी जल गई पर फल नहीं गया किथे सच्ची ना चले जा जे कल कला मेनू कुछ हो गया मेनू संभना कीने ਮੇਰੀ ਧੀ ਨੇ ਤਾਂ ਆ ਕੇ ਸਾਂਭਣਾ ਨਹੀਂ ਸਾਂਭਣਾ ਤਾਂ ਮੈਨੇ ਇੰਨਾ ਨਹੀਂ ਆ ਭਾਨੋ ਸੱਚ ਹੀ ਕਹਿੰਦੀ ਸੀ ਵੀ ਤੇਰੇ ਨੂੰਹ ਪੁੱਤ ਤਾਂ ਚੰਗੇ ਆ ਤੂੰ ਚੰਗੀ ਨਹੀਂ ਸੱਚੀ ਮੈਂ ਚੰਗੀ ਨਹੀਂ ਦੇਖਿਆ ਤੁਸੀਂ ਹਰ ਵਾਰ ਕਸੂਰ ਨੂੰਹ ਪੁੱਤ ਦਾ ਨਹੀਂ ਹੁੰਦਾ ਕਿ ਉਹ ਬਜ਼ੁਰਗਾਂ ਨੂੰ ਸਾਂਭਦੇ ਨਹੀਂ ਉਹਨਾਂ ਦੀ ਸੇਵਾ ਨਹੀਂ ਕਰਦੇ ਕਿਤੇ ਨਾ ਕਿਤੇ ਕਈ ਵਾਰ ਕਸੂਰ ਬਜ਼ੁਰਗਾਂ ਦਾ ਵੀ ਹੁੰਦਾ ਉਹਨਾਂ ਤੋਂ ਵੀ ਸੇਵਾ ਨਹੀਂ ਕਰਵਾ ਹੁੰਦੀ ਆਪਣੇ ਮਾੜੇ ਅਤੇ ਕੌੜੇ ਸੁਭਾਅ ਕਰਕੇ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਹੈ ਵੀ ਆਪਾਂ ਡਾਂਗ ਦੇ ਜ਼ੋਰ ਅਤੇ ਗੁੱਸੇ ਦੇ ਜ਼ੋਰ ਅਤੇ ਜਾਂ ਧੌਂਸ ਨਾਲ ਆਪਾਂ ਆਪਦੀ ਸੇਵਾ ਕਰਵਾ ਲਈਏ ਹੁਣ ਤਾਂ ਪਿਆਰ ਦੇਵਾਂਗੇ ਤਾਂ ਪਿਆਰ ਲਵਾਂਗੇ ਇਸ ਫਿਲਮ ਨੂੰ ਸ਼ੇਅਰ ਜ਼ਰੂਰ ਕਰੋ ਅਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਘਰ ਦੇ ਵਿੱਚ ਤੁਹਾਡੇ ਸੱਸ ਸਹੁਰਾ ਜਾਂ ਬਜ਼ੁਰਗ ਉਹ ਕਿਹੋ ਜਿਹੇ ਨੇ ਉਹਨਾਂ ਦਾ ਸੁਭਾਅ ਕਿਹੋ ਜਿਹਾ ਕਿ ਤੁਹਾਡੇ ਨਾਲ ਕੋਪਰੇਟ ਕਰਦੇ ਨੇ ਤੁਸੀਂ ਸੇਵਾ ਕਰਦੇ ਹੋ ਅਤੇ ਉਹ ਸੇਵਾ ਕਰਵਾਉਂਦੇ ਆ ਜਾਂ ਨਹੀਂ